ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਜਿਹੜੀ ਆਪਾਂ ਪੰਜਾਬੀ ਤੋਂ ਅੰਗਰੇਜ਼ੀ ਬਣਾਓ ਇੱਕ ਐਕਸਰਸਾਈਜ਼ ਕਰਦੇ ਹੁੰਦੇ ਹਾਂ, ਉਹਦਾ ਅੱਜ ਆਪਾਂ ਪੰਜਵਾਂ ਭਾਗ ਕਰਾਂਗੇ। ਆਪਾਂ ਚਾਰ ਵਾਕ ਲਏ ਨੇ ਅਤੇ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਕਨਵਰਟ ਕਰਾਂਗੇ, ਅੰਗਰੇਜ਼ੀ 'ਚ ਟਰਾਂਸਲੇਟ ਕਰਾਂਗੇ। ਪਹਿਲਾ ਵਾਕ ਆਪਣੇ ਕੋਲ, ਮੇਰੇ ਕੋਲ ਇੱਕ ਕਾਰ ਹੈ। ਹੁਣ ਵਾਕ ਪੜ੍ਹ ਕੇ ਜੇ ਤੁਸੀਂ ਇਹਨੂੰ ਆਪਣਾ ਉਹ ਜਿਵੇਂ ਆਪਾਂ ਟੈਂਸ ਵਾਲਾ ਰੂਪ ਦਿੰਦੇ ਹੁੰਦੇ ਹਾਂ ਉਸ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਲੱਗੂਗਾ ਵੀ ਜਿਹੜੀ ਕਾਰ ਆ ਉਹ ਤਾਂ ਉਹਦੇ ਕੋਲ ਹੁਣ ਵੀ ਹੈਗੀ ਆ, ਇਸ ਟਾਈਮ ਵੀ ਹੈਗੀ ਆ, ਤਾਂ ਤੁਸੀਂ ਇਹਦਾ ਵਾਕ ਬਣਾ ਲਓਗੇ, ਆਈ ਐਮ ਹੈਵਿੰਗ ਆ ਕਾਰ। ਠੀਕ ਹੈ ਜੀ, ਤੁਸੀਂ ਕਹੋਗੇ ਇਹ ਬਣ ਗਿਆ ਇਹਦਾ ਵਾਕ, ਪਰ ਇਹ ਵਾਕ ਨਹੀਂ ਬਣਾਉਣਾ ਇਸ ਤਰ੍ਹਾਂ ਨਾਲ, ਇਹ ਵਾਕ ਗਲਤ ਹੈ। ਇੱਕ ਪਹਿਲਾਂ ਤੁਹਾਨੂੰ ਇੰਪੋਰਟੈਂਟ ਜੀ ਗੱਲ ਦੱਸ ਦਈਏ ਕਿ ਜਦੋਂ ਵੀ ਸਾਡੇ ਕੋਲ ਕੋਈ ਫੈਕਟ ਦੀ ਗੱਲ ਕੀਤੀ ਜਾਵੇ, ਫੈਕਟ ਦਾ ਮਤਲਬ ਹੁੰਦਾ ਤੱਥ, ਜਦੋਂ ਆਪਾਂ ਕਿਸੇ ਤੱਥ ਦੀ ਗੱਲ ਕਰੀਏ ਜਾਂ ਆਪਾਂ ਟਰੁੱਥ ਦੀ ਗੱਲ ਕਰੀਏ, ਯੂਨੀਵਰਸਲ ਟਰੁੱਥ ਦੀ ਗੱਲ ਕਰੀਏ ਜਾਂ ਆਪਾਂ ਮਤਲਬ ਸੱਚਾਈਆਂ ਦੀ ਗੱਲ ਕਰੀਏ, ਤਾਂ ਉੱਥੇ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਨਹੀਂ ਵਰਤਣਾ, ਉੱਥੇ ਆਪਾਂ ਹਮੇਸ਼ਾ ਸਿੰਪਲ ਪ੍ਰੈਜ਼ੈਂਟ ਟੈਂਸ ਵਰਤਣਾ। ਠੀਕ ਹੈ ਜੀ, ਹੁਣ ਇਸੇ ਤਰ੍ਹਾਂ ਨਾਲ ਜਿਵੇਂ ਆਪਣਾ ਜਿਹੜਾ ਉਹ ਰੂਲ ਹੁੰਦਾ ਟੈਂਸ ਵਾਲਾ, ਦਾ ਹੈ ਦੀ ਹੈ, ਆਪਾਂ ਕਹਾਂਗੇ ਇਹਦੇ ਪਿੱਛੇ ਨਾ ਤਾਂ ਦਾ ਹੈ ਦੀ ਹੈ ਨਾ ਇਹਦੇ ਪਿੱਛੇ ਰਿਹਾ ਹੈ ਰਹੀ ਹੈ, ਪਰ ਆਪਾਂ ਜਦੋਂ ਇਹਨੂੰ ਵਾਕ ਨੂੰ ਪੜ੍ਹਾਂਗੇ ਮੇਰੇ ਕੋਲ ਇੱਕ ਕਾਰ ਹੈ, ਤਾਂ ਇਹਦਾ ਮਤਲਬ ਇਹ ਇੱਕ ਸੱਚਾਈ ਆ, ਇਹ ਇੱਕ ਉਹ ਤੱਥ ਦੀ ਗੱਲ ਕਰ ਰਿਹਾ ਕਿ ਮੇਰੇ ਕੋਲ ਕਾਰ ਹੈ। ਠੀਕ ਹੈ ਜੀ, ਇਸ ਕਰਕੇ ਇਹਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊਸ 'ਚ ਨਹੀਂ, ਇਹਨੂੰ ਆਪਾਂ ਸਿੰਪਲ ਪ੍ਰੈਜ਼ੈਂਟ 'ਚ ਲਿਖਾਂਗੇ, ਆਈ ਹੈਵ ਆ ਕਾਰ। ਠੀਕ ਹੈ ਜੀ, ਇਹ ਬਣ ਗਿਆ ਆਪਣੇ ਕੋਲ ਵਾਕ ਅੰਗਰੇਜ਼ੀ 'ਚ। ਹੁਣ ਇੱਥੇ ਗਲਤੀ ਹੋਣ ਦਾ ਚਾਂਸ ਕਿੱਥੇ ਹੈ, ਉਹ ਹੈ ਇੱਥੇ, ਇੱਥੇ ਆਪਾਂ ਹੈਜ਼ ਨਹੀਂ ਲਿਖਣਾ, ਹੈਵ ਹੀ ਲਿਖਣਾ। ਠੀਕ ਹੈ ਜੀ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਆਈ ਨਾਲ ਹੈਵ ਹੀ ਲੱਗਣਾ, ਹੈਜ਼ ਨਹੀਂ ਲਾਉਣਾ। ਦੂਜਾ ਵਾਕ ਆ ਗਿਆ ਆਪਣੇ ਕੋਲ, ਮੇਰੇ ਦੋ ਭਰਾ ਹਨ। ਇਹ ਵੀ ਜੇ ਆਪਾਂ ਆਪਣੇ ਟੈਂਸਾਂ ਵਾਲੇ ਰੂਪ 'ਚ ਲਿਜਾ ਕੇ ਉਸ ਤੋਂ ਬਾਅਦ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਲੱਗੂਗਾ ਵੀ ਮੇਰੇ ਦੋ ਭਰਾ ਤਾਂ ਹੁਣ ਵੀ ਨੇ। ਇਹ ਆਪਾਂ ਪ੍ਰੈਜ਼ੈਂਟ ਕੰਟੀਨਿਊਸ 'ਚ ਕਰ ਸਕਦੇ ਹਾਂ, ਹੋ ਸਕਦਾ ਆਪਾਂ ਲਿਖ ਦਈਏ ਆਈ ਐਮ ਹੈਵਿੰਗ ਟੂ ਬ੍ਰਦਰਸ, ਪਰ ਉਹ ਗਲਤ ਹੋਊਗਾ, ਇਹਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊਸ 'ਚ ਨਹੀਂ ਲਿਖਣਾ, ਇਹਨੂੰ ਵੀ ਆਪਾਂ ਸਿੰਪਲ ਪ੍ਰੈਜ਼ੈਂਟ 'ਚ ਹੀ ਲਿਖਾਂਗੇ, ਆਈ ਹੈਵ ਟੂ ਬ੍ਰਦਰਸ। ਠੀਕ ਹੈ ਜੀ, ਇੱਥੇ ਵੀ ਗਲਤੀ ਹੋਣ ਦੇ ਚਾਂਸ ਇੱਥੇ ਹੀ ਨੇ, ਆਪਾਂ ਆਈ ਨਾਲ ਹੈਜ਼ ਨਹੀਂ ਲਾਉਣਾ, ਇਹੀ ਇੱਕ ਥਾਂ ਹੈ ਜਿੱਥੇ ਅਸੀਂ ਗਲਤੀ ਕਰ ਸਕਦੇ ਹਾਂ। ਇਹ ਵੀ ਬਣ ਗਿਆ ਆਪਣੇ ਕੋਲ ਸਿੰਪਲ ਪ੍ਰੈਜ਼ੈਂਟ 'ਚ। ਤੀਜਾ ਆ ਗਿਆ ਆਪਣੇ ਕੋਲ, ਮੋਹਨ ਕੋਲ ਇੱਕ ਲਾਲ ਪੈੱਨ ਹੈ। ਠੀਕ ਹੈ ਜੀ, ਹੁਣ ਇਹ ਵੀ ਇੱਕ ਫੈਕਟ ਦੀ ਗੱਲ ਕਰ ਰਿਹਾ, ਉਹ ਕੁਛ ਸਾਨੂੰ ਦੱਸ ਰਿਹਾ, ਉਹ ਸਾਨੂੰ ਇੱਕ ਤੱਥ ਦੱਸ ਰਿਹਾ, ਇੱਕ ਫੈਕਟ ਦੀ ਗੱਲ ਕਰ ਰਿਹਾ ਕਿ ਹਾਂ ਬਈ ਮੋਹਨ ਕੋਲ ਇੱਕ ਲਾਲ ਪੈੱਨ ਹੈਗਾ। ਜਦੋਂ ਇਹਨੂੰ ਵੀ ਆਪਾਂ ਇੰਗਲਿਸ਼ 'ਚ ਬਣਾਵਾਂਗੇ, ਇਹਨੂੰ ਵੀ ਆਪਾਂ ਸਿੰਪਲ ਪ੍ਰੈਜ਼ੈਂਟ 'ਚ ਹੀ ਰੱਖਾਂਗੇ, ਮੋਹਨ ਹੈਜ਼ ਆ ਰੈੱਡ ਪੈੱਨ। ਠੀਕ ਹੈ ਜੀ, ਹੁਣ ਇੱਥੇ ਆਪਾਂ ਹੈਜ਼ ਲਾਇਆ, ਇੱਥੇ ਆਪਾਂ ਹੈਵ ਨਹੀਂ ਲਾਇਆ, ਕਿਉਂਕਿ ਮੋਹਨ ਸਾਡੇ ਕੋਲ ਸਿੰਗੂਲਰ ਸਬਜੈਕਟ ਆ, ਅਸੀਂ ਗਲਤੀ ਇੱਥੇ ਹੀ ਕਰ ਸਕਦੇ ਹਾਂ, ਹੋ ਸਕਦਾ ਆਪਾਂ ਮੋਹਨ ਦੇ ਨਾਲ ਹੈਵ ਲਾ ਦਈਏ, ਹੈਵ ਨਹੀਂ ਆਊਗਾ, ਮੋਹਨ ਦੇ ਨਾਲ ਹੈਜ਼ ਆਊਗਾ। ਠੀਕ ਹੈ ਜੀ, ਚੌਥਾ ਵਾਕ ਆ ਗਿਆ ਆਪਣੇ ਕੋਲ, ਉਸ ਦੇ ਭੂਰੀਆਂ ਅੱਖਾਂ ਹਨ। ਹੁਣ ਇਹਨੂੰ ਵੀ ਆਪਾਂ, ਇਹ ਵੀ ਇੱਕ ਤੱਥ ਹੈ, ਉਹਦਾ ਸੱਚ ਹੈ, ਉਹਦੀ ਸੱਚਾਈ ਹੈ ਕਿ ਉਹਦੀਆਂ ਅੱਖਾਂ, ਕਿ ਉਸ ਦੇ ਭੂਰੀਆਂ ਅੱਖਾਂ ਹਨ, ਇਹਨੂੰ ਵੀ ਆਪਾਂ ਸਿੰਪਲ ਪ੍ਰੈਜ਼ੈਂਟ 'ਚ ਹੀ ਲਿਖਾਂਗੇ, ਹੀ ਹੈਜ਼ ਬਰਾਊਨ ਆਈਜ਼। ਠੀਕ ਹੈ ਜੀ, ਇੱਥੇ ਵੀ ਆਪਾਂ ਹੈਜ਼ ਲਾਵਾਂਗੇ, ਕਿਉਂਕਿ ਹੀ ਆ ਜਿਹੜਾ ਸਾਡੇ ਕੋਲ ਸਿੰਗੂਲਰ ਸਬਜੈਕਟ ਆ, ਇੱਥੇ ਆਪਾਂ ਹੈਵ ਨਹੀਂ ਲਿਖਣਾ, ਗਲਤੀ ਹੋਣ ਦਾ ਚਾਂਸ ਇੱਥੇ ਆ, ਬਾਕੀ ਸਾਰਾ ਵਾਕ ਤਾਂ ਤੁਸੀਂ ਟਰਾਂਸਲੇਟ ਕਰ ਹੀ ਲਓਗੇ। ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਵਾਲਾ ਆਪਣਾ ਸਿੰਪਲ ਜਿਹਾ ਟੌਪਿਕ ਹੈ, ਪਰ ਇਹਦੇ ਵਿੱਚ ਗਲਤੀ ਹੋਣ ਦੇ ਚਾਂਸ ਬਹੁਤ ਰਹਿੰਦੇ ਨੇ, ਉਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ, ਅਤੇ ਅੱਜ ਤੋਂ ਬਾਅਦ ਤੁਸੀਂ ਕਦੇ ਇਸ ਤਰ੍ਹਾਂ ਦੇ ਵਾਕ ਜਿਹੜੇ ਵੀ ਤੁਹਾਨੂੰ ਆ ਜਾਣ ਉਹਨਾਂ ਵਿੱਚ ਗਲਤੀ ਨਹੀਂ ਕਰੋਗੇ। ਜੇ ਫਿਰ ਵੀ ਕੋਈ ਤੁਹਾਨੂੰ ਡਾਊਟ ਹੈ ਜਾਂ ਇਹੋ ਜਿਹਾ ਹੋਰ ਕੋਈ ਵੀ ਵਾਕ ਆ ਜਿਹਦੇ 'ਚ ਤੁਹਾਨੂੰ ਕਨਫਿਊਜ਼ਨ ਹੈ, ਤਾਂ ਤੁਸੀਂ ਕਮੈਂਟ ਕਰਕੇ
पूछ सकते हो। एक अपना चैनल जरूर सब्सक्राइब कर लो ता कि जदों भी नवी वीडियो आवे सोनू पता लग जाए। अगली वीडियो लेके जल्दी फिर हाजिर होवांगे। उदों तक ले सत श्री अकाल।